मैडम जी, मैडम जी थोड़ी मेहरबानी है, गल तो सुन तेरे वड्डी बदतमीज मैडम जी, सीन फसे है विच भाई, सीन फसे है सर, फसे है ते असी भी फसे हैं, असी भी असी वेले लोग, असी वेले लोग, असी वेले लोग वेले रह गए हो ਤੁਸੀਂ ਅਲੀ ਵਰਾ ਸਾਹਿਬ ਵੇਖੋ ਤੁਹਾਨੂੰ ਫੋਨ ਵੀ ਕਰ ਰਿਹਾ ਫੋਨ ਵੀ ਨਹੀਂ ਚੁੱਕ ਰਹੇ ਰਹਿਣਾ ਕਿੱਥੇ ਤੁਸੀਂ ਆਪ ਬੈਠੋ ਸਰ ਕਿ ਕੁੜੀ ਨੂੰ ਆਂਦੇ ਰਿਸੀਵ ਕਰ ਲਿਆ ਹੋ ਸਰ ਤੁਹਾਡਾ ਘਰ ਪਿੰਦਾ ਹੈ ਉਹਨਾਂ ਦੇ ਨਾਲ ਇਸ ਗੱਡੀ ਚ ਪਾ ਕੇ ਲੈ ਬਸ 10-15 ਮਿੰਟ ਹੀ ਲੇਟ ਹੋਏ ਵਰਨਾ ਮੈਂ ਟਾਈਮ ਸਿਰ ਆ ਜਾਣਾ ਹਾਂਜੀ ਟਾਈਮ ਦੀ ਕਿਸੇ ਨੂੰ ਕਦਰ ਹੋਵੇ ਤੇ ਫੇਰ ਨਾ ਅੱਧਾ ਘੰਟਾ ਹੋ ਗਿਆ ਮੈਂ ਆਈ ਆ ਪੁੱਛ ਲਓ ਡਾਇਰੈਕਟਰ ਸਾਹਿਬ ਨੂੰ ਭਾਈ ਮੈਨੂੰ ਕੀ ਦੱਸਦੇ ਫਿਰ ਡਾਇਰੈਕਟਰ मैडम जी की हो गया ਉਹ 5-10 ਮਿੰਟ ਉੱਤੇ ਥੱਲੇ ਹੋਈ ਜਾਂਦਾ ਕੀ ਹੋ ਗਿਆ ਤੁਸੀਂ ਤੇ ਲੜਨ ਲੱਗ ਪਏ ਹੋ ਟਾਈਮ ਦਾ ਪਵੰਦ ਹੋਣਾ ਚਾਹੀਦਾ ਉਹ ਮੈਡਮ ਜੀ ਟਾਈਮ ਦੇ ਵੀ ਪਵੰਦ ਨੇ ਬੀਬੀ ਮੈਂ ਤੇਰੇ ਨਾਲ ਪਹਿਲੇ ਆਗ ਰੋਜ਼ ਬੈਠਾ ਹੁੰਨਾ ਇੱਥੇ ਹਾਂ ਪਤਾ ਹੈ ਮੈਨੂੰ ਜਿਹੜਾ ਤੂੰ ਬੈਠੇ ਹੁੰਨਾ ਕੀ ਮੈਡਮ ਜੀ ਥੋੜਾ ਜਿਹਾ ਦਿਮਾਗ ਕੋ ਵੀ ਕੰਮ ਲਵੋ ਨਾ ਕੀ ਹੋ ਗਿਆ ਤੁਹਾਨੂੰ ਦਿਮਾਗ ਕੋ ਨਹੀਂ ਲੈ ਰਹੀ ਹਾਂ ਗੱਲ ਕੀ ਮੈਂ ਉਹਨਾਂ ਨੂੰ ਕਿਹਾ ਸੀ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਸੀ ਕਿ ਲੜਕੀ ਨੂੰ ਤੁਹਾਡਾ ਘਰ ਨਾਲ ਪੈਂਦਾ ਹੈ ਰਸਤੇ ਦੇ ਵਿੱਚ ਤੁਸੀਂ ਲੈਂਦੇ ਆਏ ਜੀ ਇੱਕ ਜ਼ਿੰਮੇਵਾਰੀ ਸੀ ਇਹ ਤੁਹਾਡੀ ਮੇਰੇ ਕੋਲ ਆਉਂਦਾ ਤੇ ਸੀਨ ਕਿਵੇਂ ਕਰਨਾ ਸੀ ਜ਼ਿੰਮੇਵਾਰੀ ਸੀ ਮੈਡਮ ਜੀ ਕੀ ਮਸਲਾ ਹੈ ਮੇਰਾ ਤੇ ਕੋਈ ਮਸਲਾ ਹੀ ਨਹੀਂ ਤੇ ਮੇਰਾ ਮਸਲਾ ਹੈ ਮੈਂ ਤੁਹਾਨੂੰ ਕੁਝ ਕਿਹਾ ਵੇ ਤੇ ਕੀ ਕਹਿ ਰਹੇ ਹੋ ਮੈਨੂੰ ਕੁਝ ਕਹਿ ਰਹੇ ਮੇਰੇ ਵੇਖੋ ਉਹ ਸੀਨੀਅਰ ਆਰਟਿਸਟ ਨੇ ਤੁਸੀਂ ਉਹਨਾਂ ਨੂੰ ਕੀ ਕਹਿ ਰਹੇ ਹੋ ਕੀ ਮੈਂ ਉਹਨੂੰ ਕਿਹਾ ਸੀਨੀਅਰ ਨੂੰ ਤੁਸੀਂ ਹੁੰਦੇ ਆ ਕਹਿ ਸ਼ੁਰੂ ਉਹ ਯਾਰ ਕੀ ਕਰਨਾ ਕੀ ਚਾਹੁੰਦੇ ਹੋ ਮੈਂ ਕੀ ਕਰਨਾ ਚਾਹਨੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਮੈਂ ਮੇਰੀ ਗੱਲ ਸੁਣੋ ਇੱਕ ਫਨਕਾਰ ਇਹ ਕੰਮ ਕਰਨਾ ਸੀ ਆਇਆ ਤੇ ਕੀ ਕਰਨਾ ਹੈ ਤੇ ਅਸੀਂ ਕੀ ਕਰਨ ਆਏ ਅਸੀਂ ਵੀ ਕੰਮ ਕਰਨ ਵਾਸਤੇ ਤੇ ਫਿਰ ਲੜਦੇ ਕਰ ਦੋ ਹੋਵੇ ਮੈਂ ਕਦੋਂ ਆ ਸ਼ੁਰੂ ਹੁੰਦਾ ਪਿਆ ਹਰ ਗੱਲ ਤੇ ਲੜਾਈ ਪਾ ਰਹੀ ਹਾਲੇ ਕਿ ਆ ਰਹੀ ਮੈਂ ਕਿੱਥੇ ਲੜਨੀ ਮੈਡਮ ਜੀ ਮੇਰੇ ਕੋਲ ਮੂੰਹ ਨਾ ਤੜਵਾ ਲਈ ਕਿਆ ਯਾਰ ਕੀ ਮੈਡਮ ਮੇਰੀ ਗੱਲ ਸੁਣੋ ਮੈਂ ਪ੍ਰੋਡਿਊਸਰ ਸਾਹਿਬ ਨਾਲ ਗੱਲ ਕਰ ਰਹੀ ਹਾਂ ਉਹ ਕਰਤੇ ਰਹੇ ਹੋ ਮੇਰੀ ਗੱਲ ਸੁਣੋ ਕਿੱਡੇ ਤੁਸੀਂ ਬਦਤਮੀਜ਼ੀ ਕਰਨ ਲੱਗ ਪਏ ਹੋ ਹਰ ਫਨਕਾਰ ਨਾਲ ਤੂੰ ਵੀ ਮੈਨੂੰ ਬਦਤਮੀਜ਼ੀ ਕਹਿ ਰਿਹਾ ਹੈ ਉਹ ਮੈਡਮ ਜੀ ਕੀ ਕਰ ਕੀ ਰਹੇ ਹੋ ਤੁਸੀਂ ਤੂੰ ਕੀ ਕਰ ਰਿਹਾ ਮੇਰੇ ਤੇ ਹੱਥ ਵੀ ਚੁੱਕੀ ਜਾਂਦੇ ਹੋ ਫਨਕਾਰਾਂ ਤੇ ਵੀ ਚੁੱਕੀ ਜਾ ਰਹੇ ਹੋ ਤੇ ਹੱਥ ਚੁੱਕਿਆ ਤੇ ਕੀ ਕਰਦੇ ਹੋ ਪਏ ਮੈਨੂੰ ਮੈਂ ਜਦੋਂ ਵੀ ਸ਼ੂਟ ਆਸੇ ਆਏ ਹੋ ਹੁਣ ਤੁਸੀਂ ਆਉਂਦੇ ਕੀ ਕੀਤਾ ਸੀ ਮੈਨੂੰ ਕੁਰਸੀਆਂ ਲਾ ਕੇ ਦੇ ਮੈਨੂੰ ਇੰਜ ਕਰ ਤੇ ਇਹ ਕਰ ਤੇ ਲਾਣੀਆਂ ਨਹੀਂ ਸੀ ਕੰਮ ਉਹ ਮੈਡਮ ਜੀ ਦੇਖੋ ਮੇਰੀ ਗੱਲ ਸੁਣੋ ਪਿਆਰ ਨਾਲ ਗੱਲ ਮੈਨੂੰ ਇੰਜ ਲੱਗਦਾ ਮੈਂ ਸ਼ੂਟਿੰਗ ਤੇ ਘੱਟ ਤੇ ਪਾਗਲਖਾਨੇ ਬਹੁਤਾ ਆ ਗਿਆ ਸਰ ਜੀ ਮੇਰੀ ਨਾ ਬਸ ਫਿਲਮ ਅੜ ਗਈ ਏ ਤੁਹਾਡੀ ਮਿਹਰਬਾਨੀ ਏ ਤੁਹਾਨੂੰ ਗੱਲ ਸਾਰੀ ਸਮਝਾਈ ਏ ਬਈ ਮੇਰੀ ਤੇ ਸਮਝ ਆ ਗਈ ਜੋ ਤੁਸੀਂ ਕਿਹਾ ਮੈਂ ਤੁਹਾਡਾ ਡਨ ਨਹੀਂ ਕੀਤਾ ਮੈਂ ਤੁਹਾਡੀ ਹਰ ਗੱਲ ਮੰਨ ਲਈ ਏ ਮੰਨ ਲਈ ਏ ਇਹਨੂੰ ਵੀ ਕਿਸ ਤਰੀਕੇ ਨਾਲ ਸਮਝਾਓ ਨਾ ਮੈਂ ਸਮਝਾਣਾ ਉਹਨਾਂ ਨੂੰ ਮੈਂ ਬੜੀ ਸਮਝੀ ਆ ਤੂੰ ਨਾ ਮੈਨੂੰ ਸਮਝਾ ਵੀ ਉਹ ਦੇਖੋ ਤੇਰੇ ਤੋਂ ਬਹੁਤਾ ਮੈਂ ਕੰਮ ਨੂੰ ਜਾਣਨੀ ਆ ਅੱਛਾ ਮੇਰੀ ਗੱਲ ਸੁਣੋ ਤੁਸੀਂ ਜਾਣਦੇ ਹੋ ਤੁਸੀਂ ਵੀ ਉਹਦੇ ਨਾਲ ਰਲਦੇ ਪਏ ਹੋ ਮੈਡਮ ਜੀ ਮੈਂ ਕਿਹਦੇ ਨਾਲ ਰਲਣਾ ਮੈਂ ਤੇ ਫਿਲਮ ਬਣਾ ਰਿਹਾ ਤੇ ਤੁਹਾਡੇ ਵਾਸਤੇ ਸਾਰੇ ਐਕਟਰ ਇੱਕ ਜੈਸੇ ਹੋਣੇ ਚਾਹੀਦੇ ਤੇ ਇੱਕ ਜੈਸੇ ਨਹੀਂ ਨਾ ਮੈਂ ਸਿਰਫ ਤੁਹਾਨੂੰ ਆਨਾ ਵਾ ਤੁਸੀਂ ਇੱਕ ਉਹਦੇ ਸਾਹਮਣੇ ਮੇਰੇ ਨਾਲ ਸ਼ੁਰੂ ਹੋ ਗਿਓ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਪਿਆਰ ਨਾਲ ਗੱਲ ਕੀਤੀ ਹੈ ਪਿਆਰ ਨਾਲ ਤੁਸੀਂ ਗੱਲ ਕੀਤੀ ਹੈ ਕੀ ਕਰਨਾ ਹੈ ਹੁਣ ਕੀ ਕਰਨਾ ਹੈ ਕੀ ਕਰਨਾ ਹੈ ਲੜਾਈ ਕਰ ਲਈਏ ਇੱਕ ਦੂਜੇ ਦਾ ਸਿਰ ਪਾੜ ਲਈਏ ਮੈਂ ਲਿਆਵਾਂ ਪੱਥਰ ਮੈਂ ਤੇ ਕੰਮ ਕਰਨ ਆਈ ਹਾਂ ਪੱਥਰ ਲਿਆਵਾਂ ਪੱਥਰ ਲਿਆ ਮੈਂ ਆਪਣੇ ਸਿਰ 'ਚ ਮਾਰਾਂ ਸਿਰ 'ਚ ਮਾਰਾਂ ਕਾਦੇ ਆਸੇ ਮਾ ਪਾਗਲ ਕਰ ਦਿੱਤਾ ਪਹਿਲੇ ਪੱਥਰ ਲਿਆ ਕੇ ਆਪਣੇ ਸਿਰ 'ਚ ਤੇ ਮਾਰੇ ਗੰਦਾ ਖੂਨ ਤੇ ਦਾ ਬਾਹਰ ਆਵੇ ਨਾ ਸਰ ਜੀ ਮੇਰੀ ਗੱਲ ਮੈਂ ਕਿਹਾ ਤੇਰੇ ਸਿਰ 'ਚ ਚੁੱਕ ਕੇ ਮਾਰ ਦੇਣਾ ਹੀ ਉਹਨਾਂ ਨੇ ਮੈਨੂੰ ਕਿਲਕ ਲੈਣ ਮਿੰਟ ਬਾਅਦ ਕਿਲਕ ਲੈਣ ਦੇਖੋ ਮੇਰੀ ਗੱਲ ਸੁਣੋ ਉਹਨਾਂ ਨੂੰ ਸਮਝਾਇਆ ਉਹ ਵੇਖੋ ਕੰਮ ਤੇ ਆਏ ਆ ਹਲੇ ਕੰਮ ਦਾ ਆਗਾਜ਼ ਕਰਨਾ ਸ਼ੁਰੂ ਕਰਨਾ ਕੰਮ ਪਹਿਲੇ ਕਿਲਕ ਲੈਣ ਪਾਤੀ ਦੇਖੋ ਕਿਲਕ ਲੈਣੀ ਤੂੰ ਪਾ ਰਿਹਾ ਸੀ ਤੇਰੇ ਨਾਲ ਜਦੋਂ ਮੈਂ ਗੱਲ ਨਹੀਂ ਕੀਤੀ ਤੇਰਾ ਮਤਲਬ ਹੀ ਨਹੀਂ ਮੇਰਾ ਅੱਛਾ ਜੀ ਅੱਛਾ ਮੇਰੀ ਗੱਲ ਸੁਣੋ ਮੈਂ ਗੱਲ ਉਹਨਾਂ ਨਾਲ ਕਰ ਰਹੀ ਅੱਛਾ ਮੇਰੀ ਗੱਲ ਸੁਣੋ ਉਹਨਾਂ ਨੇ ਕਰ ਰਹੇ ਮੇਰੀ ਗੱਲ ਅਲੀ ਵਾਰਿਸ ਸਾਹਿਬ अच्छा मेरी गल सुनो देखो थोड़ी मेहरबानी वो लड़की नु तुसी वेखो किड्डी बदतमीजी ओदे नाल कीती है अब वेखो ना किड्डी सोबर कुड़ी है ठीक है किड्डी तेरे नाल बदतमीजी कीती है ना कोई उपरा नहीं करनी है ओ चल चल ओ ना ना कर मैंने ना कोई गल नहीं देखो शरीफ कुड़ी है एक मिनट मेरी गल एक मिनट अच्छा मैं अच्छा मेरी भैन मेरी एक मिनट मेरी गल सुनो एक मेरी गल सुन मेरे नाल गल कर मैडम की आ तेनु किदे नाल मसला है मेरे नाल इदे नाल ओदे नाल किदे नाल मसला है किसे नाल भी नहीं मसला जान बोझ के शुरू हो जांदे मेरे नाल मैं इना दा कर देना की है मनु पहले आ दसो मेरी गल सुनो मेरा तो देना जी ना तुहाडा ठीक है मैं कर ਕਰਾਂਗੀ ਮੈਂ ਪੈਸੇ ਲੈਣਾ ਮੈਂ ਕੰਮ ਤੇ ਲੈਣੇ ਕਿਉਂਕਿ ਮੈਂ ਕੰਮ ਕਰਨਾ ਹੈ ਬਸ ਐ ਵੇ ਤੁਹਾਡੀ ਮਿਹਰਬਾਨੀ ਹੈ ਵੇਖੋ ਮੇਰੀ ਗੱਲ ਸੁਣੋ ਮੇਰਾ ਜਿਹੜਾ ਮੇਨ ਹੀਰੋ ਵੇ ਨਾ ਉਹ ਰੰਗੀਲਾ ਸਾਹਿਬ ਨੇ ਹਾਂਜੀ ਪਤਾ ਹੈ ਠੀਕ ਹੈ ਸਰ ਜੀ ਦੇਖੋ ਜੀ ਜੀ ਪਤਾ ਸਾਨੂੰ ਹੁਣ ਇੱਕ ਕੰਮ ਦੇ ਵਿੱਚ ਤੁਹਾਨੂੰ ਉਹਨਾਂ ਨੇ ਵੀ ਦੱਸਿਆ 3 ਸਾਲ ਤੋਂ ਹੀ ਲੱਗੇ ਆ ਹਾਂਜੀ ਸੀਨ ਉਹ ਅੱਗੇ ਚੱਲਦਾ ਹੀ ਨਹੀਂ ਹੋ ਹੀ ਨਹੀਂ ਪਾਉਂਦਾ ਲੜਾਈ ਉਹ ਪੈਂਦੀ ਹੀਰਵਨਾ ਮੈਂ ਚੇਂਜ ਕੀਤੀਆਂ ਕਈਆਂ ਜੀ ਕੀ ਇਹ ਕਿਉਂ ਨਹੀਂ ਹੋ ਪਾ ਰਿਹਾ ਸੀਨ ਭਾਜੀ ਕੀ ਗੱਲ ਹੁੰਦਾ ਉਹ ਇੱਕ ਸੀਨੀਅਰ ਬੰਦਾ ਹੈ ਕੰਮ ਉਹਨੇ ਵਾਕਈ ਬੜਾ ਜਿਹਾ ਕੀਤਾ ਹੈ ਫਿਲਮਾਂ ਦੇ ਵਿੱਚ ਅੱਛਾ ਹੁਣ ਜਿਹੜੀ ਵੀ ਲੜਕੀ ਹੁੰਦੀ ਹੈ ਉਹ ਕੋਈ ਨਾ ਕੋਈ ਉਹਨਾਂ ਨਾਲ ਮਸਲਾ ਪੈ ਜਾਂਦਾ ਕੋਈ ਕੋਈ ਜਿਹੜੀ ਵੀ ਹੁੰਦੀ ਕੁੜੀ ਉਹ ਕਾਸਟ ਕਰੋ ਨਾ ਜਿਹੜੀ ਮਸਲਾ ਨਾ ਪਾਵੇ ਜਿਹਨੂੰ ਕਿਸੇ ਕੰਮ ਦੀ ਸੋਝ ਬੋਝ ਹੋਵੇ ਦੇਖੋ ਇਹ ਤੇ ਗੱਲ ਦੀ ਗੱਲ ਹੈ ਓਏ 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 ਬੱਚਿਆ ਆਪਣਾ ਪਹਿਲਾ ਬਦਤਮੀਜ਼ ਹੋ
ਚੱਲ ਤੂੰ ਆਪਣੀ ਗੱਲ ਹੀਰੋ ਸਾਰਿਆਂ ਤੋਂ ਲੇਟ ਆਉਂਦਾ ਆ ਬੀਬੀ ਆਪਣੇ ਕੰਮ ਨਾ ਕੰਮ ਰੱਖ ਮੇਰੇ ਨਾਲ ਕੋਈ ਤਾਂ ਲੱਗਣੀ ਤੇਰਾ ਚੱਲ ਉਧਰ ਆ ਚੱਲ ਤੂੰ ਵੀ ਭਾਜੀ ਉਹ ਮੈਡਮ ਜੀ ਗੱਲ ਤੇ ਸੁਣ ਲਵੋ ਨਾ ਕੀ ਜੇ ਹੁਣ ਵੇਖੋ ਮੈਂ ਉਹਨੂੰ ਕੋਈ ਗੱਲ ਕੀਤੀ ਮੈਂ ਤੇ ਮੈਂ ਹਲੇ ਗੱਲ ਸ਼ੁਰੂ ਕੀਤੀ ਏ ਕਿ ਸਾਡਾ ਮੇਨ ਉਹ ਬੰਦਾ ਹੈ ਵੇਖ ਲਓ ਉਹ ਕੈਸੇ ਸ਼ਖਸ ਨੇ ਟਾਈਮ ਵੀ ਉਹਨਾਂ ਨੂੰ ਵੀ ਪਵੰਦ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਕੰਮ ਤੇ ਜਾਣਾ ਹੈ ਕੀ ਪਵੰਦ ਟਾਈਮ ਵੇਖਿਆ ਕਿਸ ਤੇ ਮਾਰ ਉਹ ਪਾ ਕੁਛ ਹੋ ਜਾਂਦਾ ਸੀਨੀਅਰ ਬੰਦਾ ਹੈ ਮੈਡਮ ਜੀ ਪਲੀਜ਼ ਤੇਰੇ ਨਾਲ ਮੈਂ ਗੱਲ ਕਰਨਾ ਹੀ ਨਹੀਂ ਚਾਹੁੰਦਾ ਖਲੋ ਯਾ ਤੂੰ ਵੀ ਨਹੀਂ ਤੂੰ ਬਹਿ ਜਾ ਮੈਂ ਮੈਨੂੰ ਮਜਬੂਰ ਨਾ ਕਰੋ ਮੈਂ ਛੱਡ ਕੇ ਟੁਰ ਜਾਣਾ ਤੇ ਬਦਤਮੀਜ਼ਾ ਤੂੰ ਭਾਈ ਦੇਖਣੀ ਹਾਲਤਾਂ ਪਾਈਆਂ ਨੇ ਤੁਹਾਂ ਅੱਛਾ ਭਾਜੀ ਮੈਂ ਗੱਲ ਕਰਨਾ ਭਾਜੀ ਮੈਡਮ ਜੀ ਬਾਬਾ ਭਾਜੀ ਕੀ ਹੋ ਗਿਆ ਮੈਂ ਇੰਨਾ ਫਿਲਮਾਂ ਹੀ ਕੰਮ ਕੀਤਾ ਇਹੋ ਜੀ ਇੱਕੇ ਲਗਰਾਂ ਮੈਂ ਕਿਤੇ ਅੱਜ ਤੱਕ ਇਹਦਾ ਕੰਮ ਕਿਤੇ ਹੋਇਆ ਹੀ ਨਹੀਂ ਅੱਜ ਤੱਕ ਆਪ ਨੇ ਕਦੀ ਵੇਖਿਆ ਕਿਹੜਾ ਕੰਮ ਕਰਾ ਰਹੇ ਓਏ ਮੇਰੀ ਗੱਲ ਸੁਣਾ ਤੂੰ ਐਡਾ ਸੀਨੀਅਰ ਨਾ ਬਣ ਕੀ ਹੋ ਗਿਆ ਤੁਹਾਨੂੰ ਵੀ ਵੇਖੋ ਭਾਜੀ ਤੁਹਾਡੀ ਮਿਹਰਬਾਨੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਯਾਰ ਮੈਂ ਇਹਨਾਂ ਨਾਲ ਮੂੰਹ ਨਹੀਂ ਲੱਗਣਾ ਚਾਹੁੰਦਾ ਮੈਨੂੰ ਸੀਨ ਦੱਸ ਮੈਂ ਦਿਲ ਹੀ ਨਹੀਂ ਕਰਦਾ ਇਸ ਟੀਮ ਨਾਲ ਕੰਮ ਕਰਨ ਦੇ ਮੇਰਾ ਆਪਣਾ ਕਰਦਾ ਕਿ ਜੇ ਨਾ ਕੰਮ ਅੱਛਾ ਮੇਰੀ ਗੱਲ ਸੁਣੋ ਵੇਖੋ ਭਾਜੀ ਦੇਖੋ ਤੁਹਾਡੀ ਮਿਹਰਬਾਨੀ ਹੈ ਮੇਰੇ ਜੁੜੇ ਹੱਥਾਂ ਨਾਲ ਵੇਖੋ ਭਾਈ ਮੇਰੇ ਕਾਜ ਕਾਜ ਕੀ ਹੈ ਜੁੜੇ ਹੱਥਾਂ ਨਾਲ ਵੇਖਾਂ ਇਹ ਵੀ ਤਾਂ ਕੁੜੀ ਹੈ ਨਾ ਸ਼ਰੀਫ ਕੁੜੀ ਨਾਲ ਗੱਲ ਕਰਦੀ ਨਾ ਬੋਲਦੀ ਹੈ ਹੈ ਇਹਨੂੰ ਹੀਰਵਾਂ ਲੈ ਇਹਨੂੰ ਹੀਰਵਾਂ ਲਈ ਜਾਂਦੇ ਹੈ ਕਿਉਂ ਮੇਰੀ ਬਿਸਤੀ ਕਰਦੇ ਹੋ ਟੋਟੇ ਟੋਟੇ ਕਰਕੇ ਕੁੱਤਿਆਂ ਦੇ ਚਮਕਾ ਦੇਣਾਗੇ ਪਾ ਦੇ ਬਚਾਓ ਮੁੰਡਾ ਮੈਨੂੰ ਸੂਈ ਮਾਰ ਕੇ ਇਸ ਤਰ੍ਹਾਂ ਠਾਈ ਦਾ ਇੰਜ ਕੰਮ ਕਰਾਈਦਾ ਤੇ ਭਾਜੀ ਤੁਸੀਂ ਟਾਈਮ ਸਿਰ ਆਉਣਾ ਸੀ ਨਾ ਤੁਸੀਂ ਵੀ ਕਿੰਨੇ ਕੋ ਟਾਈਮ 5 ਮਿੰਟ ਲੇਟ ਹੋਇਆ ਕੀ ਹੋਇਆ ਭਾਜੀ ਫਿਰ ਐਸ ਕੁੜੀਆਂ ਪਹਿਲਾਂ ਆਣ ਕੇ ਇੱਥੇ ਬੈਠੀਆਂ ਨੇ ਭਾਜੀ ਭਾਜੀ ਮੈਡਮ ਜੀ ਕੰਮ ਕਰ ਰਹੀ ਹੈ ਤੂੰ ਬਸ ਕਲੈਨ ਇਹ ਮੈਂ ਪੈ ਰਹੀ ਹਾਂ ਵੇਖੋ ਨਾ ਹੁਣ ਮੈਨਾਂ ਸ਼ੁਰੂ ਹੋ ਗਿਆ ਮੈਡਮ ਜੀ ਉਹ ਸੀਨੀਅਰ ਆਰਟਿਸਟ ਹੈ ਮੈਂ ਉਹ ਮੈਨੂੰ ਚਪੇੜ ਕਿਉਂ ਮਾਰਦੇ ਨੇ ਓਏ ਤਾਂ ਬੋਲਦੀ ਏ ਇਸੇ ਗੱਲ ਦੀ ਤਾਂ ਲੜਾਈ ਹੈ ਕਿਉਂ ਤੈਨੂੰ ਮਾਰਦੇ ਨੇ ਓ ਭਾਜੀ ਐ ਕਿਲ ਕਲੈਨ ਦੀ ਵਜ੍ਹਾ ਤੋਂ ਬਸ ਕਿਲ ਭਾਜੀ ਇੱਥੇ ਹੋ ਗਿਆ 3 ਸਾਲ ਤੋਂ ਇਹਨਾਂ ਨਾਲ ਕੰਮ ਕਰਦੇ ਆ ਕਿਹੜੀ ਆ ਹੀਰਵਣਾ ਐ ਹੀਰਵਣ ਮੂੰਹ ਤਾਂ ਲੱਗਦਾ ਸੱਪ ਪਾਣ ਵਾਲੀ ਕੁੱਜੀ ਵਰਗਾ ਮੂੰਹ ਇਹਦਾ ਮੂੰਹ ਇਹਦਾ ਮੇਰੀ ਗੱਲ ਸੁਣੋ ਭਾਜੀ ਮੈਂ ਸਮਝਾ ਲਗਾ ਲਗਾ ਤੇਰਾ ਭਾਜੀ ਸਮਝਾ ਸਮਝਾਉਂਦੇ ਆ ਆਂਦੇ ਆ ਭਾਜੀ ਕਿਹੜਾ ਸਮਝਾਣਾ ਇਹਨੂੰ ਕਿਹੜਾ ਸਮਝਾਣਾ ਹੈ ਬਿਸਤੀ ਕਰਿਆ ਗੱਲ ਮੈਂ ਭਾਜੀ ਸਮਝਾ ਭਾਜੀ ਕੰਮ ਕਰ ਲਈਏ ਭਾਜੀ ਆਈ ਏ ਬਸ ਵੇਖ ਲਵੋ ਮੈਂ 3 ਸਾਲ ਤੋਂ ਹੀ ਬਰਦਾਸ਼ਤ ਕਰ ਰਿਹਾ ਮੈਂ ਵੀ ਭਾਜੀ ਗੱਲ ਗੱਲ ਨਾਲ ਕੁੱਟ ਦੇ ਹੀਰੋ ਬਰਾਤਾ ਕਿਨੂੰ ਹੀਰਵਨ ਬਣਾਤਾ ਤੁਸੀਂ ਬਸ ਭਾਜੀ ਇਹ ਗੱਲ ਸੁਣ ਇੱਕ ਮਿੰਟ ਤੁਹਾਡੇ ਕੋ ਨਾਲਾ ਹੈ ਕੱਢ ਕੇ ਨਾ ਆਪਣੀ ਸੰਗੀ ਚ ਘੁੱਟ ਕੇ ਮਰ ਜਾਓ ਇਹ ਨਾ ਕਰੋ ਸਾਡਾ ਬਜਾ ਕਿੱਥੋਂ ਲੈਂਦਾ ਇਹ ਸੀਨੀਅਰ ਉਹ ਵੀ ਸੀਨੀਅਰ ਭਾਜੀ ਸੀਨੀਅਰ ਨੇ ਉਹ ਵੀ ਉਹ ਕੀ ਕੀਤਾ ਨੇ ਉਹ ਭਾਈ ਕੰਮ ਕੀਤਾ ਉਹਨਾਂ ਫਿਲਮਾਂ 'ਚ ਇਹਨੇ ਕੰਮ ਕੀਤਾ ਉਹ ਫਿਲਮਾਂ 'ਚ ਜਿਹੜੇ ਨੇ ਦਾਤਾ ਦਰਬਾਰ ਵੇਖੋ ਛਾਲਾ ਮਾਰ ਪਾਓਗੇ ਉਹ ਅੱਖਾਂ ਵਾਲਾ ਤੁਸੀਂ ਮੈਡਮ ਜੀ ਹੀਰਵਾ
ਤੁਸੀਂ ਹੀਰੋ ਨੋ ਤੁਸੀਂ ਉਹ ਹੀਰੋ ਨੇ ਮੇਰੀ ਗੱਲ ਸੁਣ ਲਓ ਨਾ ਸੀ ਮੈਨੂੰ ਕਿਹਾ ਜੀ ਤੁਹਾਡੇ ਨਸੀਬ ਕਦੋਂ ਸੜੇ ਨੇ ਮੈਂ ਕਿਹਾ ਜਦੋਂ ਹੀ ਮੇਰਾ ਹੀਰੋ ਆਈ मैडम जी एक मिनट चुप मैं तुम तो चुप करो ना की चुप करा टेप लाओ ओदे मुंह ते पाजी मैडम जी दोनों दे मुंह ते टेप लगे नाली चुप करोगे तो सीन करानगे ना मैं नहीं तू अपना मुंह बंद कर ये देखो कैसा विच मुनसिब कुत्ता आया है पाजी सीनियर रे ओ भी सीनियर काट हो गई यार ना केड़ा सीनियर एक तू देखो पाजी करा सीन की कराना है वेख लो पाजी तुसी देखो औंदेया शुरू हो गए हो फिर मेरे तो पहले ते शुरू होए सन पाजी मेरी गल सुनो जिन्ना सुनाओ काम करना है ऐसा जी करना है तुसा नहीं नहीं करन दे मैडम जी एक करन दे इंदे क्यों अड़ी अड़ी रहनी है इन साल हो गए ने मेनू ते ओ जो प्यार ना हुन बोले तू भी खामोश हो जा मैं की खामोश हो जा काम करन देंदा भाई काम तू किन्ने करना है फिर मैं काम करना है नहीं मेरी गल सुनो सी एक फैमिली मेंबर दी तरह सी काम करना है काम करके बकवास कर दी ना कर ਭਾਜੀ ਬਹੁਤ ਮੈਡਮ ਜੀ ਛੱਡ ਦਿਓ ਮੈਡਮ ਜੀ ਛੱਡ ਦਿਓ ਗੱਲ ਨੂੰ ਮੈਂ ਉਹਨੂੰ ਪੜਿਆ ਕਦੋਂ ਮੈਂ ਜਿਹੜਾ ਮੈਂ ਛੱਡ ਦਿਆਂ ਪੜਿਆ ਕਿਦੋਂ ਬਣ ਲਈ ਭਾਜੀ ਤੈਨਾਂ ਚੰਗਾ ਹੀ ਇੱਧਰ ਕੰਮ ਨਾ ਗੱਲ ਕਰ ਮੈਂ ਤੈਨੂੰ ਪਹਿਣਾ ਮੈਂ ਤੇਰੀ ਨਾਸਾ ਪਾਂ ਦਿਆਂਗਾ ਮੈਂ ਤੇਰੇ ਮੂੰਹ ਤੇ ਚਪਾ ਮੈਂ ਤੈਨੂੰ ਆਪ ਜਵੇੜਾ ਮਾਰਾਂਗਾ ਤੇਰੇ ਆਪਣਾ ਮੂੰਹ ਸੰਭਾਲ ਮੈਡਮ ਜੀ ਤੁਹਾਡੀ ਮਿਹਰਬਾਨੀ ਹੈ ਗੱਲ ਤੇ ਸੁਣ ਤੇਰੇ ਵੱਡੀ ਬਦਤਮੀਜ਼ ਮੈਡਮ ਜੀ बहुत सही वेखो हाथ ना चुको मेनू इस तरह ਤੁਸੀਂ ਮੈਨੂੰ ਬਿਸਤ ਕਰਕੇ ਰੱਖ ਛੜਿਆ ਹਰ ਪਾਸੇ ਮੈਂ ਜੀ ਕਹਣਾ ਇਹਨੂੰ ਜਾਂ ਮੈਨੂੰ ਕੱਢ ਦੇ ਜਾਂ ਇਹਨੂੰ ਕੱਢ ਦੇ ਕਿਹਨੂੰ ਕਿਸਰਾ ਕੱਢਾਂ ਮੈਂ ਕੱਢ ਇਹਨੇ ਕੀਤਾ ਕੀ ਇਹ ਹੁਣ ਤੱਕ ਭਾਜੀ ਹਿਰਵਾ ਨੇ ਮੇਰੀ ਹੁਣ ਚਾਰ ਸੀਨ ਕਿਤੇ ਅੱਧੇ ਸੀਨ ਇਹਨੇ ਕੀਤਾ ਇਹਨੂੰ ਕੱਢ ਵਿੱਚੋਂ ਭਾਜੀ ਕਿਹਨੂੰ ਪਾਣਾ ਜੇ ਫਿਰ ਮੈਂ ਦੱਸੋ ਕਿਹਨੂੰ ਪਾਵਾਂ ਵਾਹ ਹੱਕ ਕਿੱਡੀ ਸੋਹਣੀ ਹੈ ਮੇਰੇ ਮੁਕਾਬਲੇ ਦੀ ਜੀ ਤੇਰੇ ਤਾਂ ਵਧੀਆ ਆਇਆ ਹੋਵੇ ਓ ਭਾਜੀ ਮੇਰੀ ਗੱਲ ਸੁਣੋ ਤੁਹਾਡੀ ਮਿਹਰਬਾਨੀ ਹੈ ਐ ਵੇਖੋ ਐ ਮੈਂ ਤੁਹਾਡੇ ਪੈਰਾਂ 'ਚ ਬੈ ਜਣਾ ਐ ਵੇਖੋ ਮੈਂ ਤੁਹਾਡੇ ਪੈਰਾਂ 'ਚ ਪੈ ਕੇ ਹੱਥ ਪਾਜੀ ਮੈਂ ਪਹਿਲੇ ਜਾਣਾ ਕਿਉਂ ਮੈਂ ਤੁਜਾਰ ਯਾਰ ਯਾਰ ਸਾਨੂੰ ਕਹਣਾ ਬੱਤ ਪਾਜੀ ਬੇਗਰਤ ਆਦਮੀ ਮੈਂ ਕੀ ਕਰਾਂ ਉਹਦੇ ਪੈਰਾਂ ਹੀ ਪੈ ਗਿਆ ਤੂੰ ਕਿਹੋ ਜਿਹਾ ਟਰੈਕਟਰ ਨੇ ਕੋਟੀ ਸਾਰੀ ਜ਼ਿੰਦਗੀ ਖਾਣੀ ਟੱਟ ਖਾਂਦਾ ਹੀ ਰਹਾ ਤੂੰ ਐਸੇ ਬਾਹ ਜੋਗਾਈਏ ਮਿਹਰਬਾਨੀ ਅੱਲਾ ਦਾ ਕਰ ਦੋ ਮੈਂ ਬੋਲ ਨਹੀਂ ਕਿਹੜਾ ਉਹ ਸੀਨ ਅੱਲਾ ਦਾ ਚੁੱਪ ਕਰ ਜੋ ਨਹੀਂ ਬੋਲ ਰਹੀ ਹੈ ਚੁੱਪ ਕਰ ਜੇ ਉਹ ਮਿਟੋ ਨਾ ਬੋਲ ਦੀ ਵੀ ਮੈਡਮ ਜੀ ਤੁਹਾਨੂੰ ਮਿਹਰਬਾਨੀ ਹੈ ਮੈਂ ਨਹੀਂ ਤੇਰੇ ਨਾਲ ਲਾਜ ਜਿਹੜਾ ਉਹਨੇ ਕੀਤਾ ਨਾ झाड़ू वाला बने फिर समुंदरी घोड़ा बने भी गया बस करया कर सारे दे सामने क्या जी क्या जी की कर कहना बस ठीक है तू जा रोल दस मैं घड़ मुड़ी ना क्या कर बदतमीजा जलील आदमी कुत्ता कुत्ता इन्हें कही मैनू ਪਾਜੀ ਮੇਰੀ ਗੱਲ ਸੁਣੋ ਐ ਸਾਰੇ ਤੁਮਨ ਕਹਦੇ ਵੇ ਹੱਥ ਚੱਲਦਾ ਓ ਪਾਜੀ ਮੇਨ ਟਾਈਟਲ ਐ ਇਹ ਸਾਡਾ ਮੇਨ ਟਾਈਟਲ ਦਾ ਵੀ ਮੈਨੂੰ ਪਤਾ ਮੈਨੂੰ ਕਿਉਂ ਦੱਸ ਮੈਂ ਪਾਜੀ ਮੇਨ ਟਾਈਟਲ ਹੋਣਾ ਜਿਹੜਾ ਸਮੁੰਦਰੀ ਕੋੜੇ ਹੀ ਦੇ ਨੇ ਆਵਾਜ਼ ਬੰਦ ਕਰ ਆਪਣੀ ਐ ਪਾਜੀ ਕੀ ਕਮੀ ਕੀ ਵਿਲੇ